ਦੇਖੋ ਜੀ ਹੁਣ ਅਸੀਂ ਫਿਲਮ ਸਿਟੀ ਪਹੁੰਚ ਗਏ ਆ ਤੇ ਗਲੀ ਆ ਬਾਈ ਕੋਚੀ ਕੋਣੀ ਓਏ ਗਲੀ ਆ ਆ ਲੈ ਕੀ ਹੈ ਆ ਵੇਖ ਲਓ ਜੀ ਫਿਲਮ ਆ ਹੁੱਕਾ ਹੈਗਾ ਆਪਾਂ ਪਿੰਦੇ ਨਹੀਂ ਆ ਬੀੜੇ ਦਾ ਸਕੂਟਰ ਤਾਂ ਇੱਥੇ ਫਿਰਦਾ ਆ ਗਿਆ ਅਸੀਂ ਲੱਭੀ ਜਾਂਦੇ ਸੀਗੇ ਹਲੋ ਹੁਣ ਹੋ ਗਿਆ ਜੀ ਅਗਲਾ ਦਿਨ ਤੇ ਅਗਲਾ ਦਿਨ ਹੁੰਦੇ ਨਾਲ ਹੀ ਮੈਂ ਹੁਣ ਮਤਲਬ ਫਤਿਹਾਬਾਦ ਆਇਆਗਾ ਹਲੇ ਹੁਣੇ ਜਸਟ ਬੁਲਟ ਵੇਖੋ ਸਟਾਰਟ ਹੀ ਖੜਾ ਤੇ ਆਉਂਦੇ ਨਾਲ ਹੀ ਮੈਂ ਵੇਖਿਆ ਵੇਖੋ ਮਤਲਬ ਮੌਸਮ ਕਿੰਨਾ ਘੈਂਟ ਹੈਗਾ ਬੱਦਲ ਵੇਖੋ ਪਤਾ ਨਹੀਂ ਕੈਮਰੇ ਜਸਟੀਫਾਈ ਕਰ ਰਹੇ ਨੇ ਕਿ ਨਹੀਂ ਕਰ ਰਹੇ ਤੇ ਬਾਕੀ ਹੁਣ ਥੋੜ੍ਹੀ ਦੇਰ ਰੈਸਟ ਕਰਦੇ ਹਾਂ ਅਤੇ ਥੋੜ੍ਹੀ ਦੇਰ ਰੈਸਟ ਕਰਕੇ ਫਿਰ ਸ਼ਾਮ ਨੂੰ ਚੱਲਾਂਗੇ ਤੁਹਾਨੂੰ ਮੌਸਮ ਵਗੈਰਾ ਵਿਖਾਵਾਂਗੇ ਅਤੇ ਨਾਲੇ ਫੋਟੋ ਸ਼ੂਟ ਵਗੈਰਾ ਵੀ ਫਿਰ ਸ਼ਾਇਦ ਕਰਾਂਗੇ ਲਓ ਜੀ ਹੁਣ ਹੋ ਗਈ ਹੈ ਸ਼ਾਮ ਅਤੇ ਹੁਣ ਮੇਰੀ ਸਕੀਮ ਬਣ ਰਹੀ ਹੈ ਮੈਂ ਜਾਵਾਂ ਮੋਨੂ ਕੋਲ ਅਤੇ ਉੱਥੇ ਮਤਲਬ ਵਾਲਾਂ ਦਾ ਹੇਅਰ ਸਟਾਈਲ ਵਗੈਰਾ ਚੇਂਜ ਕਰਾ ਲਾਂ ਅਤੇ ਤਾਂ ਕਰਕੇ ਹੁਣ ਮੋਨੂ ਕੋਲ ਚੱਲਦੇ ਹਾਂ ਆਪਾਂ ਕ੍ਰਿਸਟੀਆਨੋ ਰੋਨਾਲਡੋ ਕੋਲ ਹਲੋ ਜੀ ਹੁਣ ਹੋ ਗਈ ਹੈ ਰਾਤ ਅਤੇ ਹੁਣ ਮੈਂ ਆਇਆ ਸੀ ਮੋਨੂ ਕੋਲ ਅਤੇ ਹੁਣ ਇੱਥੇ ਸਕੀਮ ਬਣ ਗਈ ਹੈ ਵੀ ਕਿੱਧਰ ਜਾਣਾ ਹੁਣ ਸਰਸੇ ਜਾਣਾ ਹੈਗਾ ਅਤੇ ਮੈਂ ਕਿਹਾ ਚਲੋ ਫਿਰ ਚੱਲਦੇ ਹਾਂ ਹੁਣ ਬੂਟੇ ਘਰੇ ਰੋਕ ਕੇ ਅਤੇ ਫਿਰ ਚੱਲਦੇ ਹਾਂ ਸਰਸੇ ਅਤੇ ਵਲੋਗ ਨੂੰ ਲਾਸਟ ਤੱਕ ਜ਼ਰੂਰ ਵੇਖਿਆ ਹੁਣ ਅੰਕੁਸ਼ ਆ ਗਿਆ ਅਤੇ ਹੁਣ ਚੱਲਦੇ ਹਾਂ ਚੱਲ ਮਾਰ ਕੇ ਚੱਲੀਏ ਮੋਨੂ ਨੇ ਵੀ ਸਰਤਾ ਸ਼ਟਰ ਅਤੇ ਹੁਣ ਚੱਲਦੇ ਹਾਂ ਛੇ ਛੇ ਦੀ ਲਾ ਦੇ ਤਾਲੇ ਹਰੀਪੁਰੇ ਪਹੁੰਚ ਗਏ ਹਾਂ ਛੱਪੜ ਸਵਿਮਿੰਗ ਪੂਲ 'ਚ ਤੈਰ ਰਹੇ ਹਾਂ ਚਾਚਾ ਸਵਿਮਿੰਗ ਪੂਲ ਇੱਧਰ ਲੈਟਾਂ ਜਾ ਕਰੀਆਂ ਨੇ ਇੱਧਰ ਕੁੱਤੇ ਮਸਤੀ ਕਰੀ ਜਾਂਦੇ ਨੇ ਅਤੇ ਅਸੀਂ ਆ ਸਵਿਮਿੰਗ ਕਰੀ ਜਾਂਦੇ ਹਾਂ ਪਾਣੀ ਦੇ ਵਿੱਚ ਬੋਕਸਰ ਦੇ ਚੱਲੇ ਹੈਗੇ ਹਾਂ ਜੀ ਹੁਣ ਤੇਲ ਪਾਈ ਜਾਂਦੇ ਹਾਂ 200 ਦਾ ਪਾਈ ਜਾਂਦੇ ਪਹੁੰਚੇਗਾ ਕਿ 200 ਕਵਰ ਬੰਬ ਮੈਂ ਤਾਂ ਆਪ ਲਿਆਉਣੇ ਆ ਰਿਹਾ ਜਾ ਮਿੱਕੀ ਮਾਊਸ ਵਗੈਰਾ ਬਣਾ ਹੋਵੇ ਜਿੰਦੇ ਤੇ ਚੱਲਦਿਆ ਸਰਸੇ ਲੋ ਜੀ ਹੁਣ ਪਹੁੰਚ ਗਿਆ ਡੇਰੇ ਦੇ ਵਿੱਚ ਤੇ ਆਹ ਕੋਲੇਜ ਹੈਗਾ ਵੇਖ ਲੋ ਗਰਲ ਕੋਲੇਜ ਉਹ ਅੱਗੇ ਲਿਖਿਆ ਹੋਇਆ ਆਈ ਲਵ ਐਮ ਐਸ ਜੀ ਤੇ ਆ ਅੱਗੇ ਅੰਕੁਸ਼ ਤੇ ਸੋਨੂੰ ਬਾਈ ਚੱਲੇ ਨੇ ਆ ਵੇਖੋ ਜੀ ਰਾਤ ਨੂੰ ਵੀ ਇੱਧਰ ਬੱਚੇ ਖੇਡਦੇ ਹੈਗੇ ਨੇ ਅਤੇ ਝੂਲੇ ਵਗੈਰਾ ਆ ਗਏ ਨੇ ਇੱਧਰ ਅਤੇ ਇੱਧਰ ਵੇਖੋ ਆ ਮੇਨ ਇੱਧਰ ਡੇਰਾ ਜੋ ਹੈ ਸਟਾਰਟ ਹੁੰਦਾ ਇੱਥੇ ਵੀਡੀਓ ਵਗੈਰਾ ਬਣਾ ਸਕਦੇ ਹਾਂ ਆਹੋ ਰਾਤ ਨੂੰ ਮਤਲਬ ਪਾਰਕ 'ਚ ਖੇਡਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਅਤੇ ਹੁਣ ਅਸੀਂ ਚੱਲੇ ਹਾਂ ਅੱਗੇ ਡੇਰਾ ਘੁੰਮਣ ਹਲੋ ਜੀ ਹੁਣ ਪਹੁੰਚ ਗਏ ਇੱਥੇ ਅਤੇ ਇੱਥੇ ਹੁਣ ਖਾਣਾ ਰੋਟੀ ਪਾਣੀ ਰਾਤ ਦਾ ਪੇਟ ਪੂਜਾ ਮੈਨਿਊ ਆ ਗਿਆ ਹੁਣ ਮੈਨਿਊ ਆ ਗਿਆ ਕੋਈ ਪੜ੍ਹਾ ਲਿਖਾ ਬੰਦਾ ਅਨਪੜ੍ਹੇ ਦੇ ਆਰਡਰ ਕਰੇ ਤੇ ਆਟੋਮੈਟਿਕ ਕੂਲਰ ਚਲਵਾਤਾ ਅਸੀਂ ਬੋਲਦਾ ਵੀ ਹੈ ਮਜ਼ਾਕ ਨੀ ਛੱਡ ਪਰਾ ਓਏ ਉਹ ਮੰਗਾ ਕੀ ਕਹਿੰਦੇ ਨੇ ਉਹਨੂੰ ਰਾਇਤਾ ਦਹੀਂ ਵਾਲਾ ਮੰਗਾ ਲਿਆ ਕੇ ਚਲੀਏ ਯੈਸ ਪਾਈਨਐਪਲ ਹੈ ਸਰ ਅੱਛਾ ਹਾਂ ਪਾਈਨਐਪਲ ਅਤੇ ਆਹ ਲਓ ਜੀ ਲੰਗਰ ਆ ਗਿਆ ਸਾਡਾ ਇਹ ਪਤਾ ਨਹੀਂ ਕਿੱਧਰ ਚੱਲੇ ਵੀਡੀਓ ਬਣਾਉਣ ਚੱਲੇ ਹੋਣਾ ਸੋਨੂ ਦੀ ਵਾਸ਼ਰੂਮ ਗਏ ਨੇ ਦੋਵੇਂ ਪੁੱਠੇ ਪੰਗੇ ਲੈਂਦੇ ਪਏ ਨੇ ਇੱਧਰ ਸ਼ਾਹੀ ਪਨੀਰ ਨੂੰ ਧੁੱਪ ਦੇਣ ਲੱਗਿਆ ਹੁਣ ਅਸੀਂ ਤਾਂ ਭੁੱਖ ਲੱਗੀ ਖੜੀ ਬੜੀ ਅਤੇ ਖਾ ਕੇ ਮਿਲਦੇ ਹਾਂ ਫਿਰ ਵੇਖੋ ਜੀ ਅੱਛਾ ਨਹੀਂ ਲਿਖਿਆ ਸੀ ਹੁਣ ਲਿਖਤਾ
ਲਿਖ ਤਾਂ ਪਹਿਲਾਂ ਹੀ ਐਮ ਐਸ ਜੀ ਤਾਂ ਪਹਿਲਾਂ ਹੀ ਲਿਖ ਰੱਖਿਆ ਹੈ ਮੈਗੀ ਤਾਂ ਐਮ ਐਸ ਜੀ ਲਿਖਾ ਹੈ ਐਮ ਐਸ ਜੀ ਤਾਂ ਪਹਿਲਾਂ ਹੀ ਲਿਖ ਰੱਖਿਆ ਮੈਗੀ ਮੰਗਾਈ ਹੈ ਜੀ ਹੁਣ ਮੈਗੀ ਨੇ ਵੇੜ ਦਿਆ ਅਤੇ ਇੱਧਰ ਚਮਚ ਵੇਖੋ ਮੈਂ ਚੱਕਿਆ ਥੋੜ੍ਹੀ ਸਾਫ਼ ਕਰ अब क्या खींचेगा फोटो मनु खोल यार देखी है नाम नूम है आई को 444 कर दिए बेल ये अच्छा बेल लगा के 200 रुपए आया 400 बस 111 रुपए आए चल फिर भर दे मनु हुन मेन चीज तो होना ही है ये बाबा लोग ना कम सही है ना गिफ्ट वगैरा देना मुन्नू किसी ने गिफ्ट वगैरा देना हो रेट भी लिखे 500 नहीं यार एक जरूरी गिफ्ट देना इधर बंदा दे ओ 1000 ऐसा की है इंदे च सही है यार सारा काम इधर आ गया खा लो रात वास्ते ले लो कुछ आई जामुन ने चॉकलेट कर ले पूरे एक दी एक दी एक दी ढाई रुपये दे दो मैं एलमोन नहीं चलो 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 चप्पल छोड़ गया चप्पल छोड़ गया करती बंद हाँ वेखो जी इतो सारी किश्ती का व्यू आता पै गया इधर वेखो इधर खड्डा है इधर हम आने टाइम मतलब पानी होगा तो अंडरग्राउंड कमरे बनन गए नाले कमरे के मतलब कंधा नहीं होनी शीशा लगा होगा अंदरू विखेगा सारा कुछ तो वह वेखो पता नहीं की है फिर टावर वगैरह की होंगे अजूबे है बाहर के नक्शे ने सारे तो बाकी बहुत कैंट लगी जाता हुण हो गया अगला दिन तो असं मतलब सरसे तो आ गए सीगे डेरा सरसे सौदे तो सवेरे टाइम नाल आ गए सीगे 5 बजे असं घरे आ गए सीगे तो बहुत वधिया लग्या मैं पहली बार गया सीगा उत्थे ते पूरा इंजॉय भी किया सेवा भी की दिल ला के ते मैं कहना मतलब मस्त सी पूरा डेरा ऐ नज़ारे आ गए तो हुण करे मैं वेला बैठा टाइम पास हो ही नहीं रहा सीगा तो मम्मा भी वेले बैठे सी तो फिर साड़ी स्कीम बन गई हुण मासी घरे जाण दी तो हूँ अभी चले हाँ मासी घरे तो सच कवर भी मैं न्यू लिया फोन का तुम खाना शीशे तो बाकी हूँ बुलेट कढ़ते हैं मासी घरे जावे तो नाले फिर शायद असी फिल्म सिटी जाइए हैली सदर एक मतलब हैगी फोटोशूट ली स्पैशल तो मैं कुछ वगैरह भी इशू भी तो असी शायद तक मतलब 70-80% चांस है जान दे मम्मा ने उत्तर छड़ के भी अस फिल्म सिटी चले जाएंगे कुछ मैं तो भी इशू तो हूँ चलते हैं वेखो ब्लॉग में लास्ट तक जरूर वेख्या मोइयो ब्लॉग कंटिन्यू रख रहा है तो नाले फिल्म सिटी के बहुत वधिया वधिया सीन विखावगा तुम एलिसा की
ਆ ਵੇਖੋ ਆ ਲਿਆਂਦਾ ਨਵਾਂ ਕਵਰ ਆ ਵੇਖੋ ਜੀ ਬੁਲਟ ਬਾਹਰ ਕੱਢਤਾ ਅਤੇ ਇੱਥੇ ਜੀ ਨੋਟਿਸ ਕਰੋ ਸਾਰੇ ਪਲਾਟ ਦੇ ਵਿੱਚ ਗਾਹ ਗ੍ਰੀਨ ਹੈ ਇੱਧਰ ਯੈਲੋ ਹੈ ਇਹ ਜਿਹਨਾਂ ਨੂੰ ਪਤਾ ਚੱਲ ਮੈਂ ਦੱਸ ਹੀ ਦਿੰਦਾ ਇੱਧਰ ਮਤਲਬ ਸਪਰੇਅ ਨਹੀਂ ਕੀਤੀ ਇੱਧਰ ਸਪਰੇਅ ਕੀਤੀ ਹੈ ਅਤੇ ਇੱਧਰ ਵੀ ਹੁਣ ਸਪਰੇਅ ਕਰ ਦਾਂਗੇ ਸ਼ਾਮ ਤੱਕ ਅਤੇ ਮਤਲਬ ਸਾਰਾ ਗਾਹ ਸੁੱਕ ਜੇ ਫਿਰ ਅੱਗ ਵਗੈਰਾ ਲਾ ਦਾਂਗੇ ਜੋ ਵੀ ਕਰਨਾ ਆ ਹੁਣ ਮਤਲਬ ਜਿਹੜੀਆਂ ਬੂਟੀਆਂ ਗੰਦੀਆਂ ਲੱਗਦੀਆਂ ਤਾਂ ਕਰਕੇ ਸਪਰੇਅ ਕਰ ਦਾਂਗੇ ਇਵੇਂ ਤਾਂ ਹੋ ਜਾਏਗਾ ਬਾਕੀ ਹੁਣ ਚੱਲਦੇ ਹਾਂ ਗੇਟ ਗੂਟ ਬੰਦ ਕਰਦੇ ਹਾਂ ਹੁਣ ਆ ਗਿਆ ਮਾਸੀ ਘਰੇ ਆ ਵੇਖੋ ਮਾਸੀ ਘਰੇ ਆ ਗਏ ਮੰਮਾ ਅੰਦਰ ਬੈਠੇ ਨੇ ਮਾਸੀ ਵੀ ਆ ਬੈਠੇ ਇੱਧਰ ਠੰਡਾ ਛੰਡਾ ਚੱਲ ਰਿਹਾ ਅਤੇ ਰਾਹੁਲ ਅੰਦਰ ਹੈਗਾ ਹਲੋ ਜੀ ਮਾਸੀ ਦਾ ਮੁੰਡਾ ਆ ਗਿਆ ਹੋਰ ਕਿਵੇਂ ਠੀਕ ਹੈ ਜੀ ਹੁਣ ਥੋੜ੍ਹੀ ਦੇਰ ਬੈਠੇ ਹਾਂ ਇੱਥੇ ਅਤੇ ਹੁਣ ਚੱਲਦੇ ਹਾਂ ਅੰਕੁਸ਼ ਘਰੇ ਉੱਥੇ ਜਾ ਕੇ ਗੇਮ ਵਗੈਰਾ ਖੇਲਾਂਗੇ ਅਤੇ ਨਾਲੇ ਫਿਰ ਫਿਲਮ ਸਿਟੀ ਦਾ ਬਣਾਉਣੀ ਆ ਸਕੀਮ ਉੱਥੇ ਜਾ ਕੇ ਆ ਗਿਆ ਕੁਛ ਕਰੇ ਤੇ ਇੱਧਰ ਬੈਂਕੀ ਬਣਾਈ ਬੈਠੇ ਨੇ ਹਾਂ ਦਾਲ ਹੈ ਕੀ ਹੈਗਾ ਦਾਲ ਐਨਰਜੀ ਹੈ ਜਿਮ ਬੋਏ ਜਿਮ ਸਟਾਰਟ ਕਰ ਰੱਖੀ ਹੈ ਕੁਛ ਨੇ ਨਾਲੇ ਇੱਧਰ ਸਾਨੂੰ ਗਈ ਨਹੀਂ ਟੱਕਰ ਗਿਆ ਦਾਰਾ ਅਲੱਗ ਕਰ ਹੱਥ ਲਾ ਚਾਰ ਆ ਜਾ ਹੁਣ ਗਈ ਨਹੀਂ ਹੱਥ ਲਾ ਬਸ ਆ ਕੋ ਕਸਟਮ ਹੁਣ ਖੇਲਾਂਗੇ ਹੋਵਾਂ ਆਨਲਾਈਨ ਆ ਜਾ ਐਨਰਜੀ ਬਸ ਬਸ ਲੋ ਜੀ ਹੁਣ ਆ ਚੱਲਿਆ ਹੈਗਾ ਹੱਥ ਮਿਲਾ ਕੇ ਜਾ ਚੱਲ ਚੰਗਾ ਅੱਛਾ ਆਹ ਕੋ ਆ ਬਕਸ਼ਰ ਖੜਿਆ ਤੇ ਹੁਣ ਚਲਦੇ ਆ ਵੀ ਸੁਣ ਲੈਣ ਆ ਲਿਫਾਫੇ ਕੀ ਹੈ ਛਲਟਾ ਫੋਟੋ ਨਹੀਂ ਇੰਨੀ ਉੱਤੇ ਪੋਲਾ ਬੱਲੇ ਤੇਰੇ ਐ ਤੂੰ ਪਾ ਕੇ ਚਲਾਇਆ ਨਾ ਨਾ ਲੈ ਕੇ ਚਲ ਛਾਂ ਦੋ ਲੋ ਇਹ ਕੀ ਗੱਲ ਹੋਈ ਓ ਯਾਰ ਫਿਰ ਇੱਕ ਛਲਟੇ ਜ਼ਿਆਦਾ ਫੋਟੋ ਆਉਣੀ ਅੱਛਾ ਠੀਕ ਹੈ ਪੂਰਾ ਮੋਲ ਮੋੜ ਕੇ ਆਣਾ ਮਤਲਬ ਚਲੋ ਫਿਰ ਚਲੀਏ ਤੂੰ ਹੀ ਜਾਣਾ ਨਾ ਹੋਰ ਤੂੰ ਕੀ ਕਰੇਗਾ ਲੋ ਜੀ ਹੁਣ ਕੁਝ ਕਰਿਆ ਆ ਗਿਆ ਇਹਨੂੰ ਹੀ ਬਿਠਾ ਲਿਆ ਹੁਣ ਚਲਦੇ ਆ ਐਲੀ ਸਦਰ ਰਾਹ ਪਤਾ ਨਾ ਆ ਵੇਖੋ ਸਬਸਕ੍ਰਾਈਬਰ ਮਿਲ ਗਏ ਸਾਨੂੰ ਐਲੀ ਸਦਰ ਆਏ ਸੀਗੇ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਭਾਈ ਆ ਬਰਾ ਆਪਾਂ ਨੂੰ ਕਹਿੰਦੇ ਤੁਹਾਨੂੰ ਛੱਡ ਹੀ ਆਣੇ ਉੱਥੇ ਤੱਕ ਬਿਗ ਫੈਨ ਯਾਰ ਓਏ ਮੌਸਮ ਦੇਖ ਲਹਿਰ ਵਾਲਾ ਰਾਹ ਹੈ ਸਾਡਾ ਮੌਸਮ ਵੇ ਕਿੱਡਾ ਸੋਹਣਾ ਓਏ ਸਿਰ ਨਾ ਦੇ ਚਲਿਆ ਮੈਂ ਪਿੱਛੇ ਹੀ ਰਹਿ ਜਾਣਾ ਓਏ ਹੋਲੀ ਆ ਮੇਰੇ ਪਾਸ ਹਲੋ ਜੀ ਇੱਥੇ ਪਹੁੰਚ ਗਏ ਹੁਣ ਫਿਲਮ ਸਿਟੀ ਤੇ ਆ ਆਪਣਾ ਸਬਸਕ੍ਰਾਈਬਰ ਵੇਲੀ ਕਹਿੰਦਾ ਬੁਲਟ ਚਲਾ ਕੇ ਵੇਖਣਾ ਮੈਂ ਵੇਖ ਲਓ ਮੌਸਮ ਫਿਰ ਹੋਏ ਯਾਰ ਆਪਾਂ ਜਿੱਥੇ ਜਾਂਦੇ ਮੌਸਮ ਘੈਂਟ ਹੀ ਹੋ ਜਾਂਦਾ ਹੈ ਨਾ ਹੋਰ ਠੀਕ ਹੈ ਹੋਪਲੈਸ ਹੋ ਕੇ ਨਾ ਮੈਦਾਨ ਛੱਡੀਏ ਕਿਸਮਤ ਨਾਲ ਕਦ ਮੈਂ ਤਾਂ ਫੋਟੋ ਖਿਚਾਣੀ ਬਈ ਮੈਂ ਨਾਲ ਹੀ ਖਿਚਾ ਲਿਆ ਯਾਰ ਕੋ ਜੀ ਹੁਣ ਅਸੀਂ ਫਿਲਮ ਸਿਟੀ ਪਹੁੰਚ ਗਏ ਆ ਤੇ ਮੈਨੂੰ ਮੇਰਾ ਪਹਿਲਾ ਸਬਸਕ੍ਰਾਈਬਰ ਵੀ ਮਿਲ ਗਿਆ ਮਤਲਬ ਪਹਿਲਾ ਸਬਸਕ੍ਰਾਈਬਰ ਤਾਂ ਬਹੁਤ ਹੁੰਦੇ ਆ ਪਰ ਮਤਲਬ ਪਹਿਲਾ ਫੈਨ ਜਿਹੜਾ ਮੇਰੇ ਨਾਲ ਫੋਟੋ ਕਰਾ ਗਿਆ ਬੜਾ ਵਧੀਆ ਲੱਗਿਆ ਦਿਲ ਤੋਂ ਤੇ ਆ ਵੇਖੋ ਮੌਸਮ ਵੀ ਘੈਂਟ ਆ ਤੇ ਕਿਆ ਹੀ ਮਤਲਬ ਸੀਨ ਆ ਰਿਹਾ ਫਿਲਮ ਸਿਟੀ ਦਾ ਸਿਰਾ ਲੱਗਿਆ ਪਿਆ ਬਾਕੀ ਹੁਣ ਫੋਟੋ ਵਗੈਰਾ ਖਿੱਚਦੇ ਹਾਂ ਤੁਹਾਨੂੰ ਵੀ ਵਿਖਾਉਂਦੇ ਹਾਂ ਆ ਵੇਖੋ ਜੀ ਆ ਬੀੜੇ ਦਾ ਸਕੂਟਰ ਤਾਂ ਇੱਥੇ ਫਿਰਦਾ ਹੈਗਾ ਅਸੀਂ ਲੱਭੀ ਜਾਂਦੇ ਸੀਗੇ ਤੇ ਵਿਸ਼ੂ ਆ ਤੇਰੇ ਦਾਦੇ ਦਾ ਚਰਖਾ ਨਹੀਂ ਹੈਗਾ ਉਹੀ ਆਣਾ ਇੱਥੇ ਆਇਆ ਪਿਆ ਹੈਗਾ ਚੱਕ ਚੱਕ ਬੁਲਟ ਕੇ ਰੱਖ ਲੈ ਕੇ ਚੱਲੀਏ ਓਏ ਐ ਨਾ ਲਓ ਯਾਰ ਤੇ ਚੱਲ ਆ ਲੈ ਕੀ ਹੈ ਆ ਵੇਖ ਲਓ ਜੀ ਫਿਲਮ ਸਿਟੀ ਵਗੈਰਾ ਕਿਵੇਂ ਹੁੰਦੀ ਆ ਮਤਲਬ ਬਾਹਰੋਂ ਬਾਹਰੋਂ ਲੁੱਕ ਵਾਸਤੇ ਆ ਅੰਦਰ ਤਾਂ ਮਤਲਬ ਨੋਰਮਲ ਆ ਹੈਗਾ ਤੇ ਉਹ ਤਾਂ ਠੀਕ ਹੈ ਮੰਨ ਗਿਆ
ਇਹ ਨਾ ਮਤਲਬ ਹਰ ਸੈੱਟ ਤੇ ਐਵੇਂ ਹੀ ਹੁੰਦਾ ਹੁੰਦਾ ਜਿਵੇਂ ਤੁਸੀਂ ਤਾਰਕ ਮਹਿਤਾ ਵਾਲੇ ਵੇਖਦੇ ਹੋ ਉਹ ਵੀ ਸੈੱਟ ਹੈ ਬਸ ਬਾਰੂ ਬਾਰੂ ਅੰਦਰ ਮਤਲਬ ਉਹਦੇ ਗਲੀਆਂ ਹੈਗੀਆਂ ਨੇ ਤੇ ਰੂਮ ਦਾ ਸ਼ੋਟ ਉਹ ਕਿਸੇ ਦੇ ਘਰੇ ਜਾ ਕੇ ਲੈਂਦੇ ਹੈਗੇ ਨੇ ਚੱਲ 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 ਚਾਬੀ ਕਹਾਂ ਰੇ ਹਾਂ ਲਓ ਜੀ ਆਹ ਵੀ ਵੇਖ ਲਓ ਪੌੜੀਆਂ ਚੜ ਗਏ ਸੀਗੇ ਉੱਤੋਂ ਵਿਊ ਵੇਖਦੇ ਹਾਂ ਤੇ ਅੰਦਰ ਆ ਗਿਆ ਹੈਗਾ ਆਹ ਕਿਆ ਮਸਤ ਵਿਊ ਲੈ ਵੀ ਹੁਣ ਇੱਧਰ ਦਾ ਫੋਟੋਆਂ ਕਰਾਂ ਖਿੱਚ ਲੀਆਂ ਤੇ ਹੁਣ ਇੱਧਰ ਚੱਲਦੇ ਆਹ ਵਾਲੀ ਸਾਈਡ ਆਹ ਵੇਖੋ ਜੀ ਕੋਈ ਟਿਕਟ ਕੋ ਨਹੀਂ ਹੈਗੀ ਮੈਨੂੰ ਲੱਗਦਾ ਮੋਟਰਸਾਈਕਲ ਦਾ ਖੜਾ ਲਓ ਜੀ 150 ਰੁਪਏ ਦੇ ਤਾਂ 50 50 50 ਕਹਿੰਦੀ ਟਿਕਟ ਕੈਂਸਲ ਕਰਾ ਤੀ ਮੈਂ ਕਹਿ ਕਵਾ ਕੇ ਫਿਰ ਯਾਰ ਆਖਿਰਕਾਰ ਫੈਨ ਫਲੋਇੰਗ ਹੈ ਮੇਰੀ ਯਾਰ ਅਤੇ ਉਹਨੂੰ ਫੀਸ ਫੜਾ ਤੀ ਟਿਕਟਾਂ ਵਗੈਰਾ ਕਰਾ ਲਈਆਂ ਹੁਣ ਆਰਾਮ ਦੀ ਫੋਟੋ ਸ਼ੂਟ ਕਰਾਂਗੇ ਤੁਹਾਨੂੰ ਵੀ ਵਿਖਾਵਾਂਗੇ ਖੂਨ ਬੜਾ ਇੱਥੇ ਤੱਕ ਹੀ ਆਉਣਾ ਥੱਲੇ ਤੱਕ ਆਖੋ ਪੇਂਟਿੰਗ ਵਗੈਰਾ ਇੱਧਰ ਵੀ ਆਵੇ ਇੱਧਰ ਇੱਧਰ ਬਾਅਦ ਚ ਜਾਵਾਂਗੇ ਫਸਟ ਇੱਧਰ ਚੱਲੋ ਫਸਟਲੀ ਵੀ ਗੋ ਦੇਅਰ ਬਰੋ ਕਮ ਹੇਅਰ ਫਰੋਮ ਸਟੇਅਰ ਓਏ ਵੀਸ਼ੂ ਬਰੋ ਕਮ ਹੇਅਰ ਫਰੋਮ ਸਟੇਅਰ ਫਿਰ ਕੇ ਚੱਕ ਲਾਂਗੇ ਉਹ ਕਿਹੜਾ ਕਿਸੇ ਨੂੰ ਪੂਰੀ ਆਣ ਲਿਆ ਗਲਤ ਹੁਣ ਬਣੀ ਹੈ ਆਹ ਵੇਖੋ ਇਹ ਕੀ ਕਹਿੰਦੇ ਚੱਕ ਚੱਕਰਾ ਨੀ ਚਰਖਾ ਆਹ ਵੇਖੋ ਪੁਰਾਣੇ ਟਾਈਮ ਦਾ ਆਹ ਵੀ ਸਾਰਾ ਮਤਲਬ ਪੁਰਾਣੇ ਟਾਈਮ ਵਾਲੇ ਹੈਗਾ ਜੋ ਵੀ ਹੁੰਦਾ ਆਹ ਇੱਧਰ ਜੀਪ ਸ਼ੁਭ ਲਾਭ ਆਹ ਇੱਟਾਂ ਉੱਟਾਂ ਜੀ ਬਾਹਰ ਵੇਖੋ ਕਿਵੇਂ ਨਿਕਲੀਆਂ ਤੂੜੀ ਲੱਗੀ ਹੋਈ ਹੈ ਮਤਲਬ ਤੂੜੀ ਪੂਰਾ ਸਿਰਾ ਕਰਾ ਰੱਖਿਆ ਇੱਕ ਰਿਓਲ ਪੂਰਾ ਐਂ ਵਿਖਾ ਦੇਣਾ ਪੌੜੀਆਂ 'ਤੇ ਵੀ ਚੜ੍ਹ ਕੇ ਵਿਖਾਵਾਂਗਾ ਅਤੇ ਪਿਛਲੀ ਸਾਈਡ ਕੁਛ ਵੀ ਨਹੀਂ ਹੈਗਾ ਆਹ ਵੇਖੋ ਖੇਤ ਹੈਗੇ ਨੇ ਬਸ ਲੁੱਕ ਲੁੱਕ ਵਾਸਤੇ ਬਣਾਇਆ ਸਾਰਾ ਆਹ ਵੇਖੋ ਵਿਖਦੇ ਹੋਣੇ ਪਿਛਲੀ ਸਾਈਡ ਕੁਛ ਵੀ ਨਹੀਂ ਹੈ ਆਹ ਹੁੱਕਾ ਹੈਗਾ ਆਪਾਂ ਪੀਂਦੇ ਨਹੀਂ ਅਤੇ ਇੱਧਰ ਵੀ ਸਾਰੇ ਦਰਵਾਜ਼ੇ ਵਗੈਰਾ ਐਵੇਂ ਆ ਮਤਲਬ ਬਾਕੀ ਫੁੱਲ ਵਗੈਰਾ ਬਣਾਏ ਹੋਏ ਨੇ ਤਾਂ ਅੱਜ ਦਾ ਸਾਡਾ ਹੈਵੀ ਡਰਾਈਵਰ ਲਾਇਸੈਂਸ ਹੈ ਭਾਈ ਅਗਾਂਹ ਉੱਥੇ ਪੁਲਿਸ ਚਲਾਣ ਕੱਢ ਲਏਗੀ ਹਾਂ ਆਹ ਲੈ ਵੱਲਾ 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 ਨਹੀਂ ਓਲਾ 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 ਖਿੱਚੋ ਖਿੱਚੋ 50 50 ਰੁਪਏ ਵਸੂਲ ਕਰਕੇ ਜਾਣੇ ਨੇ ਪੂਰੇ ਫੋਟੋਆਂ ਦਾ ਸ਼ੌਂਕ ਇਹਨਾਂ ਨੂੰ ਹੀ ਆਪਾਂ ਨੂੰ ਨਹੀਂ ਗਾ ਆਪਾਂ ਨੂੰ ਹੈਗਾ ਬਸ ਵਲੋਗਿੰਗ ਦਾ ਵਲੋਗ ਆਪਾਂ ਬਣਾਉਣੇ ਆ ਫੋਟੋਆਂ ਖਿੱਚ ਲੈਣਗੇ 2 ਮਿੰਟ ਖੜ ਜਾ ਕਰੀ ਪੂਰਾ ਵਲੋਗ ਬਣਾਵਾਂ ਫਿਰ ਕਰਾਂਗਾ ਉਹ ਏਅਰ ਡ੍ਰੌਪ ਕਰਨੀਆਂ ਪੈਂਦੀਆਂ ਫਿਰ ਯਾਰ ਵੀਡੀਓ ਆਹ ਕੀ ਹੋਏ ਤਾਰਾਂ ਹੀ ਲਾਈਆਂ ਕਮਾਲ ਹੈ ਉਹ ਯਾਰ ਉਹੀ ਤਾਂ ਮੈਂ ਕਹਿੰਦਾ ਰਾਤ ਹੋ ਜਾਏਗੀ ਮੈਨੂੰ ਵਲੋਗ ਬਣਾ ਲੈਣ ਦਿਓ ਮੇਰੇ ਪਾਸ ਵਲੋਗ ਇੰਪੋਰਟੈਂਟ ਹੈ ਯੂ ਆਰ ਐਵਰੀਥਿੰਗ ਟੂ ਮੀ ਐਂਡ ਆਈ ਲਵ ਯੂ ਫੋਰ ਐਵਰ ਆਏ ਹਾਏ ਹਾਏ ਚਲੋ ਚਲੋ ਮਕਡੋਨਲ ਓ ਮੈਕਡੋਨਲਡ ਨੋ 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 ਪਰਲੀ ਸਾਈਡ ਖੇਤ ਹੀ ਹੈਗੇ ਨੇ ਆ ਕਿਸੇ ਨੇ ਦਾਰੂ ਵਗੈਰਾ ਪੀਣੀ ਤਾਂ ਆ ਜਾਓ ਗੁੱਟ ਗੁੱਟ ਲਾ ਲਓ ਉਹ ਆ ਵੇਖ ਇੱਧਰ ਆਓ ਚੈਸ ਬੋਰਡ ਚੈਸ ਖੇਡ ਲਓ ਇੱਥੇ ਆਖੋ ਬਲੈਕ ਐਂਡ ਵਾਈਟ ਬੋਕਸ ਵਾਲਾ ਰੂਮ ਉਹ ਇੱਥੇ ਹੁੰਦੀਆਂ ਨੇ ਸ਼ੂਟਿੰਗਾਂ ਤਾਂ ਨਾ ਸਾਨੂੰ ਵੇਖੋ ਇੱਥੇ ਕੀ ਲੱਭਿਆ ਤਹਿਕਾਨੇ ਮੈਂ ਸਾਈਕਲ ਛੁਪਾ ਰੱਖੀ ਹੈ ਹੁਣ ਕੋਲ ਹੀ ਰੱਖ ਲਿਆ ਯਾਰ ਲੋ ਜੀ ਹੁਣ ਆਈਆਂ ਟਿਕਟਾਂ ਵਹਾਈ ਟਿਕਟਾਂ ਵਹਾਈ ਉਹ ਆਪਣਾ ਨਾਮ ਐਕਸ ਹੈਗਾ ਮੈਨੂੰ ਤਾਂ ਅੱਜ ਪਤਾ ਚੱਲਿਆ ਕੁਝ ਯਾਰ ਗੇਟ ਤੋਂ ਸੀਨ ਹੈਗਾ ਪੂਰੇ ਮਤਲਬ ਇੱਥੇ ਗੇਟ ਹੈਗਾ ਇੱਧਰ ਬੈਕ ਸਾਈਡ ਅਤੇ ਇੱਧਰ ਰੁਕੇ ਵੇਖੋ ਕਿੰਨਾ ਤਗੜਾ ਵਿਊ ਆਉਂਦਾ ਮਤਲਬ ਹਰ ਇੱਕ ਸਟੈਪ 'ਤੇ ਨਵਾਂ ਪੋਜ ਮਤਲਬ ਨਿਊ ਮਤਲਬ ਕੀ ਕਹਿੰਦੇ ਨੇ ਜੋ ਵੀ ਆ ਮਤਲਬ ਨਵੀਂ ਕਲਿਪ ਪਰ ਆ ਜਾਓ ਯਾਰ ਪਰ ਆ ਜਾ ਹੋਰ ਯਾਰ ਅਤੇ ਆਹੋ ਟਾਇਰਾਂ ਦਾ ਵੀ ਡਿਜ਼ਾਇਨ ਬਣਾਇਆ ਹੋਇਆ ਇੱਧਰ ਇੱਕ ਹੋਰ ਆ ਪਿਆ ਸ਼ੋਪੀ
ਯਾਰ ਤਾਂ ਮੈਨੂੰ ਕਮਰਾ ਲੱਗ ਗਿਆ ਹੁੰਦਾ ਆ ਪੇਂਟਿੰਗ ਵਾਲਾ ਦਰਵਾਜ਼ਾ ਹੈ ਖੋਲੋ ਵੀ ਦਰਵਾਜ਼ਾ ਉਹ ਕੰਧ ਹੋਏ ਤਾਂ ਆ ਇਧਰ ਆਪਣੇ ਵਾਸਤੇ ਰੂਮ ਹੈਗਾ ਪੰਜਾਹ ਰੁਪਏ ਚ ਰੂਮ ਬੁੱਕ ਕਰਾ ਲਿਆ ਹੋਰ ਕੀ ਚਾਹੀਦਾ ਇਹ ਤਾਂ ਪੰਜਾਹ ਦੇ ਵੀ 100-150 ਵਸੂਲ ਕਰਕੇ ਜਾਵਣਗੇ ਲੋ ਜੀ ਉਹਨੇ ਤੇ ਫੋਟੋਆਂ ਖਿੱਚੀਆਂ ਨੇ ਸਾਫ਼ ਨਹੀਂ ਆ ਰਹੀਆਂ ਪਤਾ ਨਹੀਂ ਕੀ ਚੱਕਰ ਹੈਗਾ ਰਾਤ ਹੋ ਗਈ ਹੋਵੇ ਖੋ ਬਲਬ ਵੀ ਜਗਣ ਲੱਗ ਗਿਆ ਤਾਂ ਕਰਕੇ ਸ਼ਾਇਦ ਤੱਕ ਕੀ ਕਰੇ ਜਾਂਦਾ ਹੱਲ ਲੈ ਯਾਰ ਵੀਡੀਓ ਦੀ ਫਲੈਸ਼ ਵੱਜੇਗੀ ਵਲੋਗ ਬਣਾਏ ਨਾਲ ਫੋਟੋ ਹੱਲ ਲੈ ਬਣ ਗਈ ਗੱਲ ਕਿ ਫਲੈਸ਼ ਮਾਰੋ ਇਹ ਸਾਰੇ ਰੁਕ ਮੈਂ ਫੋਟੋ ਖਿੱਚਦਾ ਨਾਲ ਨਾਲ ਵਲੋਗਿੰਗ ਵੀ ਵੇਖ ਲਓ ਜੀ ਫੋਟੋ ਕਿਵੇਂ ਖਿੱਚੀ ਦੀ ਹੈ ਆਈਫੋਨ 12 ਦੇ ਵਿੱਚ ਆਈਫੋਨ 12 ਹੈਗਾ ਅਤੇ ਆ ਵੇਖੋ 2x ਜ਼ੂਮ ਕਰ ਲੈਣਾ 2x 'ਤੇ ਜ਼ਿਆਦਾ ਫੋਕਸ ਹੁੰਦਾ ਹੈਗਾ ਅਤੇ ਫਿਰ ਥੋੜ੍ਹਾ ਜਿਹਾ ਥੱਲੇ ਹੋ ਕੇ ਇੱਧਰ ਇੱਕ ਫਲੈਸ਼ ਵਾਲੇ ਨੂੰ ਖੜਾ ਕਰਨਾ ਹੈਗਾ ਪਹਿਲੇ ਫਿਰ ਐਨ ਨੱਪ ਕੇ ਥੋੜ੍ਹੀ ਬ੍ਰਾਈਟਨੈਸ ਚੱਕਣੀ ਹੈ ਬੱਲੇ 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 ਇਹ ਹਲੋ ਨਾਈਟ ਮੋਡ ਲੱਗਾ ਹੋਇਆ ਸੀਗਾ ਆ ਵੇਖੋ ਕਿੰਨੀ ਬੰਬ ਆਈ ਮਤਲਬ ਇਹ ਸਿਰਫ ਸਾਨੂੰ ਪਤਾ ਕਿੰਨੀ ਮਸਤ ਆਈ ਹੈ ਤੁਸੀਂ ਕੈਮਰੇ 'ਚ ਜਸਟੀਫਾਈ ਨਹੀਂ ਕਰ ਰਿਹਾ ਹੈਗਾ ਫੋਨ ਮੈਨੂੰ ਵੀ ਪਤਾ ਬਿਕੋਜ਼ ਫਲੈਸ਼ ਲਾਈਟ ਜੀ ਵੱਜੀ ਜਾਂਦੀ ਆ ਅਤੇ ਬਾਕੀ ਚਲੋ ਹੁਣ ਹਨੇਰਾ ਹੋ ਗਿਆ ਹੈਗਾ ਹੁਣ ਚੱਲੀਏ ਘਰੇ ਹੈਂ ਚਲੋ ਆ ਜਾਓ ਫਿਰ ਹੁਣ ਮਿਲਦੇ ਹਾਂ ਬੁਲਟ 'ਤੇ ਨਹੀਂ ਇੱਧਰ ਥੋੜ੍ਹਾ ਮੋਟਾ ਸੀਨ ਵਿਖਾਉਣੇ ਛੱਤ 'ਤੇ ਜਾ ਕੇ ਘਰੇ ਚੱਲੋ ਤਾਂ ਛੱਤ ਤੋਂ ਬਸ ਇੱਕ ਵਿਊ ਵਿਖਾ ਕੇ ਆਉਣਾ ਚਲੋ 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 ਓਏ ਛੱਤ ਹੈਗੀ ਆ ਓਏ ਮੈਂ ਤਾਂ ਕਿਹਾ ਛੱਤ ਕੋਈ ਨਹੀਂ ਹੈਗੀ ਹਾਲੋ ਜੀ ਤੁਹਾਨੂੰ ਛੱਤ ਤੋਂ ਵਿਊ ਵਿਖਾਉਂਦੇ ਹਾਂ ਰਾਤ ਦਾ ਵਿਊ ਹੈਗਾ ਵੈਸੇ ਤਾਂ ਇੱਧਰ ਸੋਲਰ ਪੈਨ ਲੱਗੇ ਹੋਏ ਅਤੇ ਇੱਧਰ ਆਹ ਵੇਖ ਲਓ ਕੀ ਹੈਗਾ ਉਹ ਯਾਰ ਮੇਰਾ ਕਿੰਨਾ ਕੁ ਬਾਹਰ ਹੈ ਮੇਰਾ ਫੁੱਲ ਜਿੰਨਾ ਤਾਂ ਬਾਹਰ ਹੈਗਾ ਇੱਧਰ ਵੇਖੋ ਹੱਲੇ ਵੀ ਇਹਨਾਂ ਤਸੱਲੀ ਨਹੀਂ ਹੈਗੀ ਹੱਲੇ ਵੀ ਇਹਨਾਂ ਦੇ 50 ਰੁਪਏ ਪੂਰੇ ਨਹੀਂ ਹੋਏ ਹੈਗੇ ਆਹ ਵੇਖੋ ਇੱਧਰ ਕਮਰੇ ਹੈਗੇ ਨੇ ਅਤੇ ਵਿੱਚ ਮਾੜਾ ਮੋਟਾ ਮਤਲਬ ਫੀਡਰ ਕੀ ਹੈ ਜਨਰੇਟਰ ਵਗੈਰਾ ਰੱਖਿਆ ਹੋਇਆ ਹੈਗਾ ਆਹ ਗੇਟ ਵੀ ਮਤਲਬ ਸਭ ਸ਼ੋਅ ਵਾਸਤੇ ਹੈ ਅੰਦਰ ਕੁਛ ਹੀ ਕੋਈ ਨਹੀਂ ਆਇਓ ਚੱਲੀਏ ਮੈਂ ਵਲੋਗਿੰਗ ਚੈਨਲ ਖੋਲੂੰਗਾ ਫੋਨ ਲੈ ਲੈ ਨਾ ਖੋਲ ਖੋਲ ਤੇਰੀ ਪ੍ਰਮੋਸ਼ਨ ਮੈਂ ਕਰਾਂਗਾ ਵੈਲਕਮ ਟੂ ਗਲੋਬ ਗਲੋਬ ਓਏ ਵਾਹ ਚਲੋ ਹੁਣ ਘਰੇ ਚੱਲੀਏ ਉਹ ਬੁਲਟ ਦਾ ਹੈਂਡਲ ਲੋਕੀ ਕੋਲ ਲਾਇਆ ਸੀ ਮੈਂ ਮੈਂ ਚਲਾਵਾਂ ਤੁਸੀਂ ਪਿੱਛੇ ਬਈਆ ਉਹ ਛੱਡ ਉਹ ਰੁਕ ਐ ਪਹਿਲੇ ਇੱਕ ਬੰਦਾ ਕਿੱਕ ਮਾਰੋ ਕਿੱਕ ਮਾਰੀ ਹੈ ਕੋਈ ਰੁਕ 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 ਮੈਨੂੰ ਇੱਕ ਬੰਦੇ ਦਾ ਕਮੈਂਟ ਆਉਂਦਾ ਡੇਲੀ ਵੀ ਕੋਈ ਬੰਦਾ ਮਤਲਬ ਵੀ ਕਿੱਕ ਮਾਰੇ ਕੋਈ ਹੋਰ ਮਾਰੇ ਤੇਰੇ ਤੋਂ ਇਲਾਵਾ ਫਲੈਸ਼ ਮਾਰੀ ਵਿਸ਼ੂ ਜਲਦੀ ਵੇਖੋ ਵਲੋਗ ਪਿੱਛੇ ਕਿੰਨਾ ਕੁਛ ਫਲੈਸ਼ਾਂ ਮਰਾਣੀਆਂ ਪੈਂਦੀਆਂ ਨੇ ਵੱਲਾ ਵੱਲ ਬਸ ਮਾੜੀ ਰੇਸ ਦੇ ਉਹ ਲੈਟਰ ਲੁੱਟੇ ਜਗਣ ਸਿੱਧਾ ਹੋ ਗਿਆ ਬੈ ਕੁੱਬਾ ਹੈਗਾ ਆਇਆ ਚਲੋ ਬਹੁ ਔਨਲਾਈਨ ਸੇਕ ਨਹੀਂ ਸ਼ੈਂਪੀ ਦਾ ਡੈਡੀ ਕਿੱਥੇ ਪਊਗਾ ਨਹੀਂ ਨਹੀਂ ਮੈਂ ਗਰਾਜ ਟੁੱਟ ਜਾਣਾ ਏ ਆ ਕੋਈ ਮੇਰੇ ਵਾਸਤੇ ਕਿੰਨੀ ਸੀਟ ਹੈ ਮੈਨੂੰ ਆਪਣ ਦੇ ਰੱਖ ਇੰਨੀ ਸੀਟ ਹੈ ਚਲੋ ਪਕੜ ਕੇ ਬਹਿ ਗਈ ਚੱਲ ਚੱਲ ਚਲੋ ਬਾਏ ਬਾਏ ਫਿਲਮ ਸਿਟੀ ਦੂਸਰਾ ਹੱਥ ਮੈਂ ਯੂਜ਼ ਨਹੀਂ ਕਰ ਸਕਦਾ ਗਾ ਬਲੂ ਲਾਈਟ ਜਗਦੀ ਜਿਹੜੀ ਆਪਣੀ ਟੈਂਕੀ ਥੱਲੇ ਲੱਗੀ ਇਧਰਲੀ ਸਾਈਡ ਵੀ ਤੇ ਇਧਰਲੀ ਸਾਈਡ ਵੀ ਜੋ ਨਾ ਆ ਗਿਆ ਮਾਸੀ ਘਰੇ ਵਾਪਸ ਤੇ ਹੁਣ ਜਗਦੇ ਆ ਮੰਮੀ ਨੂੰ ਤੇ ਫਿਰ ਘਰੇ ਚੱਲਦੇ ਆ ਤੇ ਆ ਇਧਰ ਗਾਣੇ ਚੱਲ ਰਹੇ ਨੇ ਟਰੈਕਟਰ ਤੇ ਬੁਲਟ ਦੇ ਵਿੱਚ ਨਾ ਆਪਣੇ ਮਤਲਬ ਪਿਛਲੇ ਟਾਇਰ 'ਚ ਆਵਾਜ਼ ਆਉਂਦੀ ਹੈਗੀ ਆ ਉਹ ਮੈਂ ਮਿਸਤਰੀ ਨੂੰ ਪੁੱਛਿਆ ਸੀਗਾ ਤੇ ਉਹ ਮਿਸਤਰੀ ਕਹਿੰਦਾ ਹੈਗਾ ਵੀ ਆਪਣੇ ਪਿਛਲੇ ਟਾਇਰ ਦੇ ਮਤਲਬ ਜਿਹੜੇ ਲੈਦਰ ਹੈਗੇ ਨੇ ਨਾ ਬੁਲਟ ਦੇ ਉਹ ਖਤਮ ਹੋਏ ਪਏ ਨੇ ਤਾਂ ਕਰਕੇ ਬਾਕੀ ਕੱਲ੍ਹ ਜਾਂ ਪਰਸੋਂ ਤੱਕ ਮੈਂ ਕੋਸ਼ਿਸ਼ ਕਰਾਂਗਾ ਉਹ ਚੇਂਜ ਕਰਾ ਦੇਵਾਂ ਅਤੇ ਲੈਦਰ ਚੇਂਜ ਕਰਾ ਦਾਂਗਾ ਤਾਂ ਫਿਰ ਉਹ ਤੁਹਾਨੂੰ ਆਵਾਜ਼ ਨਹੀਂ ਆਵੇਗੀ ਚੀਂ ਚੀਂ ਵਾਲੀ ਉਹ ਬਹੁਤ ਜ਼ਿਆਦਾ ਹੀ ਹੁਣ ਆਉਣ ਲੱਗ ਗਈ ਹੈ ਬਾਕੀ ਲੈਦਰ ਚੇਂਜ ਕਰਾ ਦਾਂਗਾ ਮੈਂ ਉਹ ਠੀਕ ਹੋ ਜਾਏਗਾ ਕੱਲ੍ਹ ਪਰਸੋਂ ਤੱਕ ਅਤੇ ਅੱਜ ਦੇ ਵਲੋਗ 'ਚ ਇੰਨਾ ਹੀ ਸੀ ਜੀ ਵਲੋਗ ਵਧੀਆ ਲੱਗਿਆ ਵਲੋਗ ਨੂੰ ਕਰ ਲਾਈਕ ਸ਼ੇਅਰ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਅਗਲੇ ਵਲੋਗ 'ਚ ਓਕੇ ਗਾਇਜ਼ ਸੀ ਯੂ ਇਨ ਨੈਕਸਟ ਵਲੋਗ ਬਾਏ
ਚਲੇ।